ਯੋਗ ਕਮਿਸ਼ਨਰ ਸਾਹਿਬ ਸ਼੍ਰੀ ਨੌਨਿਹਾਲ ਸਿੰਘ ਤੇ ਏਡੀਸੀਪੀ ਹਰਜੀਤ ਸਿੰਘ ਧਾਰੀਵਾਲ ਤੇ ਸਾਡੇ ਏਸੀਪੀ ਕਮਲਜੀਤ ਸਿੰਘ ਵੈਸਟ ਦੀਆਂ ਹਦਾਇਤਾਂ ਤੇ ਜਿਹੜੀ ਮੁਹਿੰਮ ਵਿੱਢੀ ਗਈ ਆ ਉਹਦੇ ਅਨੁਸਾਰ ਕੱਲ ਹਰਮਨਪ੍ਰੀਤ ਸਿੰਘ ਉਰਫ ਹਰਮਨ ਪੁੱਤਰ ਅੰਮ੍ਰਿਤਪਾਲ ਸਿੰਘ ਨੂੰ ਕਾਬੂ ਕੀਤਾ ਵਾ ਜਿਹਦੇ ਕੋਲੋਂ ਅੱਧਾ ਕਿਲੋ ਹੈਰੋਇਨ ਫੜੀ ਆ ਤੇ ਫੜ ਕੇ ਤੇ ਅੱਜ ਉਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਸੀ ਜਿੱਥੋਂ 5 ਦਿਨ ਦਾ ਰਿਮਾਂਡ ਹਾਸਲ ਕੀਤਾ ਵਾ ਅਤੇ ਅੱਗੇ ਇਹਨੂੰ ਪੁੱਛਗਿੱਛ ਕਰਕੇ ਪਤਾ ਕਲਾਇਆ ਜਾਏਗਾ ਵੀ ਇਹ ਕਿੱਥੋਂ ਲਿਆਉਂਦਾ ਵਾ ਕਿੱਥੇ ਗਾਂ ਦਿੰਦਾ ਵਾ ਇਹ ਸਾਰਾ ਕੁਛ ਪਤਾ ਲੱਗੇਗਾ ਇਹਨੂੰ ਪੁੱਛਗਿੱਛ ਦੌਰਾਨ ਕਾਰਵਾਈ ਕਰਕੇ ਅਤੇ ਫਿਰ ਪਤਾ ਲੱਗੇਗਾ ਵੀ ਇਸਦੇ 'ਤੇ ਪਹਿਲਾਂ ਵੀ ਕੋਈ ਹੈਗਾ ਮਾਨਯੋਗ ਕਮਿਸ਼ਨਰ ਸਾਹਿਬ ਸ਼੍ਰੀ ਨੌਨਿਹਾਲ ਸਿੰਘ ਅਤੇ ਏਡੀਸੀਪੀ ਹਰਜੀਤ ਸਿੰਘ ਧਾਰੀਵਾਲ ਅਤੇ ਸਾਡੇ ਏਸੀਪੀ ਕਮਲਜੀਤ ਸਿੰਘ ਵੈਸਟ ਦੀਆਂ ਹਦਾਇਤਾਂ 'ਤੇ ਜਿਹੜੀ ਮੁਹਿੰਮ ਵਿੱਢੀ ਗਈ ਆ ਉਹਦੇ ਅਨੁਸਾਰ ਕੱਲ੍ਹ ਹਰਮਨਪ੍ਰੀਤ ਸਿੰਘ ਉਰਫ ਹਰਮਨ ਪੁੱਤਰ ਅੰਮ੍ਰਿਤਪਾਲ ਸਿੰਘ ਨੂੰ ਕਾਬੂ ਕੀਤਾ ਵਾ ਜਿਹਦੇ ਕੋਲੋਂ ਅੱਧਾ ਕਿਲੋ ਹੈਰੋਇਨ ਫੜੀ ਆ ਅਤੇ ਫੜ ਕੇ ਅਤੇ ਅੱਜ ਉਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਸੀ ਜਿੱਥੋਂ 5 ਦਿਨ ਦਾ ਰਿਮਾਂਡ ਹਾਸਲ ਕੀਤਾ ਵਾ ਅਤੇ ਅੱਗੇ ਇਹਨੂੰ ਪੁੱਛਗਿੱਛ ਕਰਕੇ ਪਤਾ ਕਲਾਇਆ ਜਾਏਗਾ ਵੀ ਇਹ ਕਿੱਥੋਂ ਲਿਆਉਂਦਾ ਵਾ ਕਿੱਥੇ ਗਾਂ ਦਿੰਦਾ ਵਾ ਇਹ ਸਾਰਾ ਕੁਛ ਪਤਾ ਲੱਗੇਗਾ ਇਹਨੂੰ ਪੁੱਛਗਿੱਛ ਦੌਰਾਨ ਕਾਰਵਾਈ ਕਰਕੇ ਅਤੇ ਫਿਰ ਪਤਾ ਲੱਗੇਗਾ ਵੀ ਇਸਦੇ 'ਤੇ ਪਹਿਲਾਂ ਵੀ ਕੋਈ ਹੈਗਾ ਕਿ ਨਹੀਂ ਹੈਗਾ।